ਅਸੀਂ ਗਾਈ ਸਾਰਿਆਂ ਨੂੰ ਮੈਂ ਆ ਪ੍ਰਦੀਪ ਤੇ ਤੁਸੀਂ ਦੇਖ ਰਹੇ ਹੋ ਪ੍ਰਦੀਪ ਵਲੌਗਸ ਤੇ ਅੱਜ ਮੈਂ ਸਲਾਹ ਬਣਾਉਣਾ ਜਿਹੜੀ ਉਹ ਟੇਪ ਕਰਾਈ ਆ ਨਾ ਹਾਂ ਇਹ ਲਾਈਨਾਂ ਜਿਹਾ ਖਾਸ ਨਹੀਂ ਤੁਹਾਨੂੰ ਦਿਖਾਉਣਾ ਇੱਕ ਮਿੰਟ ਰੁਕੋ ਉਹ ਦੇਖੋ ਲਾਈਨਾਂ ਜਿਹਾ ਕਿੰਨੀਆਂ ਉਹ ਕੈਮਰੇ ਵਿੱਚ ਨਹੀਂ ਦਿਖ ਰਹੀਆਂ ਪਰ ਮੈਨੂੰ ਨਾ ਬੁਰੀ ਲੱਗਦੀ ਇੰਨੀ ਜ਼ਿਆਦਾ ਬੁਰੀ ਲੱਗਦੀ ਨਾ ਮੈਂ ਪੱਟਣ ਜੀ ਕਰਦਾ ਹੁਣ ਇੰਨੀ ਜ਼ਿਆਦਾ ਬੁਰੀ ਲੱਗ ਰਹੀ ਜਾਣ ਮੈਨੂੰ ਇਹ ਪੱਟੀ ਕਿਉਂ ਨਹੀਂ ਜਾ ਰਹੀ ਹੈ ਇਹ ਦੁਬਾਰੇ ਕਰਾਵਾਂਗੇ ਆਪਾਂ ਨੂੰ ਕਹਾਂਗੇ ਵੀ ਚੱਜ ਨਾ ਕਰੀ ਕੀ ਜੜ ਸਵਾਏਗਾ ਹੋਰ ਕਿਤੇ ਕੀ ਗਾ ਜੜ ਚੌਂਕਣ ਜਿਹਾ ਲੱਗਾ ਮੀਟਰ ਦੇਖੋ ਕਿਵੇਂ ਵਧੀਆ ਲੱਗਦਾ ਦੱਸੋ ਐਂ ਸਾਫ਼ ਵਧੀਆ ਲੱਗਦਾ ਕਿ ਕਾਲਾ ਵਧੀਆ ਲੱਗਦਾ ਕਿਵੇਂ ਵਧੀਆ ਲੱਗਦਾ ਜੀ ਕਿਵੇਂ ਵਧੀਆ ਲੱਗਦਾ ਜੀ ਐਵੇਂ ਵਧੀਆ ਲੱਗਦਾ ਐਵੇਂ ਹਾਂ ਤੁਹਾਨੂੰ ਹੀ ਲੱਗਦਾ ਕਾਲਾ ਕਾਲਾ ਜਿਹਾ ਵਧੀਆ ਲੱਗਦਾ ਕਾਲਾ ਕਾਲਾ ਜਿਹਾ ਤਾਂ ਦੇਖਾਂ ਦੇਖੇ ਤਾਂ ਇੰਡੀਕੇਟਰ ਕਾਲੇ ਕਰਾ ਕੇ ਕਿਹੋ ਜਿਹਾ ਲੱਗਣਗੇ ਵਧੀਆ ਲੱਗਣਗੇ ਨਹੀਂ ਹਾਂ ਸਾਫ਼ ਜੀ ਕਰਾ ਕੇ ਵਧੀਆ ਲੱਗਣਗੇ ਨਾ ਵਧੀਆ ਲੱਗਣਗੇ ਚਲੋ ਕਰਾ ਲਾਂਗੇ ਵਧੀਆ ਲੱਗੇ ਰੱਖ ਲਾਂਗੇ ਨਾ ਅਸੀਂ ਹਨਾ ਤੇ ਹੁਣ ਮੈਨੂੰ ਆਹ ਮੁੰਡਾ ਕੀ ਨਾਮ ਦਾ ਹੈਗਾ ਨਾ ਰਵੀ ਆ ਪਰ ਮੈਨੂੰ ਅਸੀਂ ਕਹਿੰਦੇ ਹੁੰਦੇ ਚੱਲ ਛੱਡੋ ਦੱਸਣਾ ਨਹੀਂ ਹੈਗਾ ਤੇ ਇਹ ਮੈਨੂੰ ਕਹਿੰਦਾ ਵੀ ਮੈਨੂੰ ਰੁੜਕੀ ਲੈ ਕੇ ਚੱਲ ਸਾਡੇ ਨਾਲ ਤੋਂ ਨਾਲ ਦਾ ਪਿੰਡ ਆ ਉੱਥੇ ਕੋਈ ਫਾਰਮ ਫੁਰਮ ਭਰਨਾ ਵਗੈਰਾ ਵਗੈਰਾ ਤੇ ਪਿਛਲੀ ਵਾਰ ਜਦ ਮੈਂ ਕੋਈ ਕੰਮ ਗਿਆ ਸੀਗਾ ਮੇਰਾ ਨਾ 10,000 ਰੁਪਏ ਜਿਹੜਾ ਫਸ ਗਿਆ ਸੀ ਉਹ ਫਸ ਗਿਆ ਸੀ ਉਹ ਫਸੇ ਗਿਆ ਸੀ ਪਰ ਦੇਖਿਆ ਜੇ ਤੁਸੀਂ ਦੇਖਿਓ ਮੇਰਾ ਪੁਰਾਣਾ ਵਲੌਗ ਦੱਸਿਆ ਸੀ ਨਾ ਮੈਂ ਏਟੀਐਮ 'ਚ ਪੈਸੇ ਕਢਾਉਣ ਲੱਗਿਆ ਸੀ ਏਟੀਐਮ ਵਿੱਚ ਫਸ ਗਏ ਸੀਗੇ ਉਹ ਬੈਂਕ ਗਿਆ ਫਿਰ ਉਹ 5-6 ਦਿਨਾਂ ਬਾਅਦ ਅੱਜ ਕੱਲ੍ਹ ਆਏ ਨੇ ਪੈਸੇ ਵਾਪਸ ਮੁੜੇ ਆਏ ਮੇਰੇ ਜਾਣੀ 10,000 ਰੁਪਇਆ ਪਰ ਆਹ ਬੇਭਾਗ ਹੈ ਨਾ ਮੈਂ ਦੁਬਾਰਾ ਅੱਜ ਜਾ ਰਿਹਾ ਅੱਜ ਵੀ ਕੋਈ ਕੰਮ ਖੜ ਨਾ ਜਾਵੇ ਬਸ ਮੇਰਾ ਚਲੋ ਚੱਲਦੇ ਹਾਂ ਫਿਰ ਹੁਣ ਉਹਦਾ ਫਾਰਮ ਭਰ ਕੇ ਆਉਣਾ ਤੇ ਆਹ ਅੱਜ ਕਰਾਵਾਂਗੇ ਕੀ ਕਰਾਵਾਂ ਜੋ ਉੱਥੇ ਆ ਕੇ ਦੇਖਦਾ ਜੇ ਭੀੜ ਨਾ ਹੋਈ ਫਿਰ ਅੱਜ ਕਰਾ ਦੂੰ ਨਹੀਂ ਕੱਲ੍ਹ ਸਹੀ ਪਤਾ ਨਹੀਂ ਕਿਉਂ ਮੈਨੂੰ ਕੋਈ ਜਾੜੀ ਚਿੱਟਾ ਚਿੱਟਾ ਲੱਗ ਰਿਹਾ ਮੀਟਰ ਹੁਣ ਇੰਨਾ ਲੱਗਣਾ ਨਹੀਂ ਚਾਹੀਦਾ ਪਹਿਲਾਂ ਇੰਨਾ ਚਿੱਟਾ ਹੁੰਦਾ ਸੀ ਪਤਾ ਨਹੀਂ ਤੇਲ ਨਹੀਂ ਕਰਦਾ ਦੇਖ ਤੂੰ ਚਲਾ ਹੈ ਹੋਰ ਕੀ ਆਪਣੇ ਕੋਲ ਹੈ ਕਾਹ ਲਿਆਂਦੀ ਜਰਸੀਆਂ ਹੀ ਲੈ ਜਾਂਦਾ ਪਰ ਟਾਇਟ ਨੇ ਇਹਦੇ ਪਰ ਨਹੀਂ ਟਾਇਟ ਨੇ ਚੱਲ ਤੇ ਕਾਹਦੇ ਫਾਰਮ ਭਰਨੇ ਨੇ ਵੈਸੇ ਧੂੜ ਪੈਂਦੀ ਬਾਈਕ ਉੱਤੇ ਕੌਣ ਬੈਠੂਗੀ ਵੈਸੇ ਧੂੜ ਪੈਂਦੀ ਤੇ ਮੈਂ ਕਾਹਨੂੰ ਚਲਾਉਣ ਦਿੱਤਾ ਮੋਟਰਸਾਈਕਲ ਕਿਉਂਕਿ ਧੂੜ ਜਿਹੜਾ ਸੀਜ਼ਨ ਹੈ ਤੇ ਟਰੈਕਟਰ ਮੂਹਰੇ ਆ ਗਿਆ ਮੇਰੇ ਵੀਰੋ ਤੇ ਹੁਣ ਅਸੀਂ ਪਹੁੰਚ ਗਏ ਹੁਣ ਇਹ ਦੇਖੋ ਮੁੱਕਰ ਗਿਆ ਐਡਾ ਬੇਕਾਰ ਬੰਦਾ ਮੈਂ ਨਹੀਂ ਅੱਜ ਤੱਕ ਦੇਖਿਆ ਫੋਟੋ ਚੰਗੀ ਭਲੀ ਇਹਨੂੰ ਪਿੱਛੇ ਮਿਲ ਜਾਣੀ ਸੀਗੀ ਇਹ ਕਹਿੰਦਾ ਆਪਾਂ ਗਾਂਲੇ ਪਿੰਡ ਤੋਂ ਕਰਾਂਗੇ ਹੁਣ ਇੱਥੇ ਦੁਕਾਨ ਬੰਦ ਆ ਤੇ ਹੁਣ ਇਹਦਾ ਸਾਰੇ ਕੰਮ ਖੜ ਗਿਆ ਇੱਕ ਫੋਟੋ ਪਿੱਛੇ ਹੁਣ ਫਾਰਮ ਭਰਿਆ ਨਹੀਂ ਜਾਣਾ ਕੱਲ੍ਹ ਪਰਸੋਂ ਦੇਖੂਗਾ ਇਹ ਫੇਰ ਭਰਦਾ ਹੁਣ ਜਾਂਦੇ ਹਾਂ ਖਾਣ ਪੀਣ ਆ ਕੀ ਸਟੈਂਡ ਦਾ ਕਿਆ ਕੀ ਵਾਲੇ ਆ ਜਾਂਦਾ ਲੱਗੇ ਪਲੇਟਾਂ 'ਚ ਗਿਰਦਾ ਤਾਂ ਨਹੀਂ ਗੋਲਗੱਪਾ 'ਚ ਰੱਖ ਦੀ ਗੋਲਗੱਪਾ ਸਾਇਜ਼ ਤਾਂ ਦੇਖ ਕਿੱਦਾਂ ਯਾਰ ਇਹ ਖਾਧਾ ਕਿਵੇਂ ਜੋ ਉਹ ਵੀ ਲੀਕ ਹੋਇਆ ਹੋਇਆ ਨਾਲੇ ਪੇਸਰ ਨਾਲ ਨੂੰ ਬਸ ਸਵਾਦ ਨਹੀਂ ਤੇ ਗੋਲਗੱਪੇ ਵਾਲੇ ਵੀ ਖਾ ਲਏ ਸੀ ਗੋਲਗੱਪੇ ਬੜੇ ਸਵਾਦ ਸੀ ਵੈਸੇ ਤਾਂ ਤੇ ਮੈਨੂੰ ਹੋਰ ਵੀ ਕਹਿੰਦਾ ਜੇ ਕੋਈ ਖਾਣ ਦਾ ਖਾ ਲਾ ਠੀਕ ਹੋਵੇਗਾ ਮਹਿੰਗੀ ਚੀਜ਼ ਨੂੰ ਹੱਥ ਪਕੜਨਾ ਫਿਰ ਨਾ ਕਹੀ ਮੈਂ ਮਿਲਕੀ ਬਾਰ ਖਾਣ ਵਾਲੀ ਉਹ ਨਹੀਂ ਉਹ 100 ਰੁਪਏ ਚੱਕ ਦੇ ਪੰਜਾਹ ਕੀ ਕਰਨਾ ਮੈਂ ਮਿਲਕੀ ਬਾਰ ਖਾਊਂਗਾ ਕਿਹੜਾ ਮਿਲਕੀ ਬਾਰ 20 ਰੁਪਏ ਵਾਲਾ ਤਾਂ 20 ਦਾ ਦੱਸ ਦਊ ਇਹ ਤੇ ਵੈਸੇ ਮੈਂ ਵੀ ਮੈਂ ਪੈਸੇ ਜਿਹੜੇ ਮੈਨੂੰ ਆਏ ਨੇ ਵਾਪਸ ਮੈਂ ਕਢਾਉਣੇ ਤਾਂ ਹੈਗੇ ਨੇ ਪਰ ਕਿ ਏਟੀਐਮ ਵੀ ਨਿਭਾਗ ਜਿਹਾ ਲੱਗਦਾ ਹੁਣ ਮੈਨੂੰ ਇੱਕ ਮਿੰਟ ਨਾਲ ਨਿਭਾਗ ਪਹਿਲਾਂ ਹੀ ਹੈਗਾ ਤਾਂ ਕਰਕੇ ਮੈਂ ਨਿਕਲਣ ਲੱਗ ਗਿਆ ਹੁਣ ਪੈਸੇ ਕੀ ਹੈੱਡਫੋਨ ਇੱਕ ਦਿਨ ਹੈੱਡਫੋਨ ਤੀਏ ਦਿਨ ਨਾਲੇ ਚੱਲੋ ਜਿਹੜੇ ਕੱਲ 150 ਦੇ ਲਿਆਤੇ ਆਪਾਂ ਉਹ ਇੱਕ ਦਿਨ ਰਾਤ ਚੱਲੇ ਨੇ ਦੂਏ ਦਿਨ ਇੱਕ ਖੜ ਗਿਆ ਸਾਰਾ ਰਾਤ ਰਾਤ ਨੇ ਕੱਲ ਜਦੋਂ ਵੀ ਅਸੀਂ ਇੱਕ ਦਿਨ ਰੇਲ ਕੋਡ ਲਗਾਈ ਉਹ ਹੈੱਡਫੋਨ ਲੈਂਦੇ ਦੂਏ ਦਿਨ ਖਰਾਬ 150 ਰੁਪਇਆ ਲੱਗਿਆ ਹੋਇਆ ਸਾਲਾ ਇੱਕ ਵਾਰ ਫਾਇਦਾ 1000 ਰੁਪਇਆ ਹੈੱਡਫੋਨ ਮੁੜ ਕੇ ਨਹੀਂ ਖਰਾਬ ਹੁੰਦੇ ਆਹ ਚੌਕਲੇਟ ਨਿਕਲਿਆ ਇਹਦਾ ਡਿਜ਼ਾਈਨ ਜਿਹੜਾ ਉਹ ਗਲਤ ਮਲਤਾ ਹੈ ਮੈਨੂੰ ਲੱਗਦਾ ਐਂ ਹੁੰਦਾ ਮੈਨੂੰ ਤੋੜ ਮਰੋੜ ਕੇ ਸਹੀ ਉਹ ਹਿੱਸੇ 'ਚ ਲਾਉਣਾ ਹੁੰਦਾ ਮੈਂ ਕਰਕੇ ਦੇਖਦਾ ਪਖੰਡ ਕਰਕੇ ਦੇਖੂ ਮੈਂ ਦੇਖੋ ਇਹ ਜਾ ਇਹਨੂੰ ਸਹੀ ਕਰਦਾ ਆਹ ਦੇਖੋ ਆਹ ਵਾਲਾ ਹਿੱਸਾ ਹੋ ਇੱਥੇ ਆਹ ਇੱਥੇ ਆਹ ਇੱਥੇ ਦੇਖੋ ਖਾਣ ਵਾਲੀਆਂ ਚੀਜ਼ਾਂ ਨਾਲ ਵੀ ਖੇਡਾਂ ਕਰਨ ਨੂੰ ਕਿਹਾ ਹੋਇਆ ਇਹਨਾਂ ਨੇ ਪਜ਼ਲ ਬਣਾਈ ਇੱਕ ਤਰ੍ਹਾਂ ਦੀ ਚੌਕਲੇਟ ਵਾਲੀ ਖਾਣ ਦਾ ਮੈਂ ਸਾਰੇ ਇਕੱਠੇ ਨੇ ਆ ਮੀਟਰ ਮੈਨੂੰ ਹੋਰ ਟਾਈਪ ਜ਼ਿਆਦਾ ਲੱਗੀ ਜਾਂਦਾ ਕਿਉਂਕਿ ਹਰ ਟਾਈਮ ਕਾਲਾ ਕਾਲਾ ਜਿਹਾ ਦੇਖ ਲੈਣਾ ਤਾਂ ਕਰਕੇ ਦੀ ਬ੍ਰੈਡ ਨਾਲ ਜ਼ਿਆਦਾ ਲੱਗੀ ਜਾਂਦੀ ਮੈਨੂੰ ਹੁਣ ਤੇ ਗੱਭਰੂ ਨਾਲ ਹੈੱਡਫੋਨ ਲੈ ਕੇ ਨੇ 170 170 ਦੇ ਉਹਨਾਂ ਨਾਲ ਕੋਈ ਲੋਟ ਨਹੀਂ
ਦੇਖਣ ਤਾਂ ਘੰਟ ਲਾਣਾ ਕੰਮ ਤਾਂ ਇਹਨਾਂ ਨੇ ਉਹਨਾਂ ਨਾਲ ਕੀ ਕਰਨਾ ਰਹਿਣਾ ਤਾਂ ਰਹਿਣਾ ਲੈਂਦੇ ਨੇ ਆ ਦੇਖੋ ਮੈਂ ਨਿਕਲਿਆ ਬਾਰੇ ਐ ਫੀਲਿੰਗ ਆ ਰਹੀ ਹੈ ਜਿਵੇਂ ਪਤਾ ਨਹੀਂ ਕਿੱਡੀ ਤਗੜੀ ਸ਼ਾਪਿੰਗ ਕਰਕੇ ਆਉਂਦਾ ਜਿਵੇਂ ਲੋਕ ਸ਼ਾਪਿੰਗ ਕਰਕੇ ਨਿਕਲਦੇ ਨੇ ਬੈਗ ਲੈ ਕੇ ਮੈਂ ਨਿਕਲਦਾ ਹੁੰਦਾ ਇਹਦੇ ਨਾਲ ਗੋਲੀਆਂ ਵੀ ਮਿਲੀਆਂ ਨੇ ਚਾਰ ਚਲਾਉਣ ਦੇ ਲਈ ਉਹ ਹੈੱਡਫੋਨ ਟੂਟਰੀਆਂ ਆਈਆਂ ਹੁੰਦੀਆਂ ਜਿਹੜੀਆਂ ਇੱਕ ਇੱਕ ਤੁਕੜੀ ਦੇ ਮੰਦੀ ਦੂੰ ਮੈਂ ਚਾਰ ਚਾਰ ਮੈਂ ਸਾਰੀ ਖਾ ਗਿਆ ਮੈਂ ਚੱਲ ਦੇਖੀ ਜਾਊ ਉਹ ਇੰਨਾ ਜ਼ਿਆਦਾ ਮਿੱਠਾ ਹੋ ਗਿਆ ਫਿਰ ਸਵਾਦ ਘੱਟ ਆਇਆ ਵੀਹ ਵਾਲਾ ਹੁੰਦਾ ਸਾਡਾ ਪਤਲਾ ਹੁੰਦਾ ਤੂੰ ਹਾਂ ਮੈਥੋਂ ਪਾੜਿਆ ਨਹੀਂ ਗਿਆ ਹੁਣ ਇਹ ਪਾੜੂਗਾ ਇਹਨੂੰ ਮੇਰੇ ਹੱਥ ਸਮਾਨ ਜ਼ਿਆਦਾ ਸੀਗਾ ਇਹਨੂੰ ਵੀ ਓਕਣੇ ਦੇਖੋ ਪਖੰਡ ਜਿਹੇ ਕਰੇ ਹੋਏ ਡਾਇਨਾਸੌਰ ਵਾਲੇ ਪਰ ਹੁਣ ਨਹੀਂ ਆਪਾਂ ਖੇਡ ਕਰਨੀ ਫੜਾ ਪਾ ਪਖੰਡ ਬਾਲੇ ਕਰਦੇ ਨੇ ਇਹ ਇਹਨੇ ਇੱਕ ਦੁਗੜੀ ਮੈਨੂੰ ਹੋਰ ਦੇ ਦੀ ਕਹਿਣਾ ਮੇਰੇ ਤਾਂ ਅੜਨ ਲੱਗ ਗਈ ਤੂੰ ਹੀ ਖਾ ਲਾ ਠੀਕ ਆ ਹੁਣ ਅਸੀਂ ਆ ਗਏ ਦੁਬਾਰਾ ਪਿੰਡ 'ਚ ਅਤੇ ਆਹ ਦੇਖੋ ਜਵਾਕ ਤੋਂ ਫੋਟੋ ਖਿਚਾਉਣ ਲੱਗਿਆ ਵਿਆ ਅਤੇ ਜਿਵੇਂ ਤੁਹਾਨੂੰ ਪਤਾ ਹੀ ਆ ਪਿੰਡਾਂ 'ਚ ਤਾਂ ਰਿਵਾਜ਼ ਹੁੰਦਾ ਕਣਕ ਕਬੱਡੀ ਤੋਂ ਬਾਅਦ ਫਿਰ ਖੇਤਾਂ ਦੇ ਵਿੱਚ ਨਾ ਪਿੱਚ ਬਣਾ ਕੇ ਜਿਵੇਂ ਕਿ ਆਹ ਕ੍ਰਿਕਟ ਖੇਡਦੇ ਹੁੰਦੇ ਨੇ ਹੁਣ ਖੇਡਣ ਲੱਗੇ ਹੋਏ ਨੇ ਕਹਿੰਦੇ ਸ਼ਾਰਟ ਸ਼ੂਟ ਤਾਂ ਮਾਰਦੇ ਨੇ ਉਹੀ ਗਰਦ ਠਲੀ ਜਾਂਦੇ ਨੇ ਡਰ ਗਿਆ ਫੋਟੋ ਖਿੱਚੀ ਗਈ ਫੇਰ ਆਏ ਹਲਾਈ ਠੀਕ ਆ ਇਹਨੂੰ ਬਸ ਆਹੀ ਫੋਟੋ ਖਿੱਚਣੀ ਇਹਨੂੰ ਵਿਚਾਲੇ ਰੱਖਣਾ ਪੈ ਮੈਨੂੰ ਇੱਥੋਂ ਦਾ ਲੋਕ ਨਾ ਬੜੀਆਂ ਕਰਦੇ ਚਲੋ ਹੌਲੀ ਹੌਲੀ ਅਸੀਂ ਫੋਟੋਗ੍ਰਾਫਰ ਛੋਟੇ ਬੇ ਸਰ ਛੋਟੇ ਬੇ ਸਰ ਕ੍ਰਿਕਟ ਦਾ ਮੈਚ ਡਿਸਮਿਸ ਹੋ ਗਿਆ ਹੁਣ ਮੈਂ ਜਾਂਦਾ ਸੀ ਘਰ ਨੂੰ ਅਤੇ ਗੁਰਧਿਆਨ ਕਹਿੰਦਾ ਮੈਨੂੰ ਵੀ ਘਰੇ ਛੱਡਿਆ ਮੈਂ ਚੱਲ ਤੂੰ ਬਹਿ ਜਾ ਤੈਨੂੰ ਵੀ ਛੱਡ ਦਿੰਦੇ ਆਹੀ ਫਾਇਦਾ ਇੱਕ ਹੱਥ ਨਾਲ ਚੱਲ ਪੈਂਦਾ ਇੱਕ ਹੱਥ ਨਾਲ ਰੁਕ ਜਾਂਦਾ ਅਤੇ ਹੁਣ ਹੋ ਗਈ ਦੂਜਾ ਦਿਨ ਅਤੇ ਅੱਜ ਮੇਰੀ ਸਲਾਹ ਹੈਗੀ ਆ ਆਹ ਚੀਜ਼ ਬੰਦ ਕਰਾ ਕੇ ਲਿਆਉਣ ਦੀ ਤੁਸੀਂ ਦੇਖ ਸਕਦੇ ਜੀ ਆਹ ਲਾਈਟਾਂ ਦੋਨੋਂ ਨੇ ਹਮੇਸ਼ਾ ਹੀ ਜਗਦੀਆਂ ਰਹਿੰਦੀਆਂ ਨੇ ਅਤੇ ਉੱਪਰ ਵਾਲੀ ਲਾਈਟਾਂ ਤਾਂ ਆਪਣੀ ਮਰਜ਼ੀ ਹੈ ਜੇ ਬੀਮ ਹਾਈ ਕਰਾਂਗੇ ਤਾਂ ਹਾਈ ਬੀਮ ਤਾਂ ਵੜੀਆਂ ਮੱਚਦੀਆਂ ਨੇ ਮੈਂ ਆਹ ਵੜੀਆਂ ਹਮੇਸ਼ਾ ਹੀ ਜਗਦੀਆਂ ਮੈਂ ਸੋਚਦਾ ਇਹਨਾਂ ਦੋਨਾਂ ਨੂੰ ਬੰਦ ਕਰਾ ਦੇਵਾਂ ਫੇਰ ਕਰਾ ਲਈ ਜੇ ਟੇਪ ਕਰਾ ਆਹ ਦੋਨਾਂ ਨੂੰ ਬੰਦ ਕਰਾਵਾਂਗੇ ਅੱਜ ਟੇਪ ਕਰਾ ਲਈ ਇੰਡੀਕੇਟਰਾਂ ਦੇ ਅਤੇ ਸਮਝ ਨਹੀਂ ਆ ਰਹੀ ਮੈਨੂੰ ਟੇਪ ਉਹ ਮੈਨੂੰ ਨਹੀਂ ਟਾਈਮ ਲੱਗਦਾ ਟੇਪ ਟੂਪ ਨੂੰ ਟਾਈਮ ਲੱਗੂ ਚਲੋ ਜਾ ਕੇ ਦੇਖਦੇ ਹਾਂ ਜਾ ਕੇ ਦੇਖਦੇ ਹਾਂ ਜੇ ਟਾਈਮ ਬਚਿਆ ਦੋਨੋਂ ਕੁਛ ਕਰ ਲਾਂਗੇ ਅਤੇ ਹੁਣ ਮੇਰਾ ਮੂਡ ਕਰ ਰਿਹਾ ਜੇ ਮੈਂ ਕੁਛ ਨਾ ਕਰਾਵਾਂ ਕੱਲੂ ਕਰਾਈਏ ਅੱਜ ਸ਼ਨੀਵਾਰ ਆ ਕੱਲੂ ਐਤਵਾਰ ਹੋਊ ਕੱਲੂ ਕਰਾਵਾਂਗੇ ਨਜ਼ਾਰੇ ਨਾਲ ਹੁਣ ਮੁੜ ਚੱਲਦੇ ਹਾਂ ਬਸ ਫਿਰ ਅਸੀਂ ਕੁਛ ਨਹੀਂ ਖੇਡੇ ਬਸ ਫਿਰ ਅਸੀਂ ਕੁਛ ਨਹੀਂ ਕਰਾਇਆ ਹੈਗਾ ਅਤੇ ਹੁਣ ਅਸੀਂ ਆ ਕੇ ਇੱਥੇ ਖੇਤ ਵਿੱਚ ਹੁਣ ਦੇਖਦੇ ਹਾਂ ਵੀ ਕ੍ਰਿਕਟ ਖੇਡਦੇ ਹਾਂ ਉਹ ਮੈਂ ਵੀ ਖੇਡਣਾ ਮੈਂ ਵੀ ਖੇਡਣਾ ਯਾਰ ਦੇਖੋ ਬੈਟ ਦਾ ਇਹਨਾਂ ਨੇ ਕੰਮ ਜਿਹਾ ਕਰਤਾ ਮੁੱਠਾ ਤੋੜਦਾ ਉਹ ਹੁਣ ਇਹ ਬੈਟ ਰੱਖ ਕੇ ਆਊਗਾ ਅਤੇ ਨਵਾਂ ਦੂਜਾ ਲੈ ਕੇ ਆਊਗਾ ਨਵਾਂ ਨਹੀਂ ਮਤਲਬ ਜਿਹੜਾ ਕੋਈ ਹੋਰ ਉਹ ਲੈ ਕੇ ਆਊਗਾ ਅੱਜ ਪ੍ਰਦੀਪ ਵੀ ਖੇਡਣ ਲੱਗਿਆ ਬੈਟ ਟੁੱਟਦੇ ਆ ਰਹੇ ਨੇ ਅਗਲਾ ਆਹ ਵਾਲਾ ਲਿਆਂਦਾ ਹੁਣ ਇਹ ਪੁਰਾਣਾ ਇਹ ਕਾਮ ਹੀ ਚੱਲੂ ਮਤਲਬ ਰਬੜ ਚੜ੍ਹਨੀ ਨਹੀਂ ਜ਼ਰੂਰੀ ਕਿਉਂ ਆ ਇਹ ਚੜ੍ਹਦੀ ਨਹੀਂ ਸੋਤੋਂ ਇੰਨੀ ਛੇਤੀ ਐਂ ਨਹੀਂ ਚੜ੍ਹਦੀ ਹੁੰਦੀ ਰਬੜ ਪ੍ਰਦੀਪ ਵਲੌਗਸ ਬੈਟਿੰਗ ਤੇ ਚੜ ਗਏ ਨੇ ਕੱਲ ਪਰਸੋਂ ਖੇਡੇ ਸੀ ਪਰਸੋਂ ਦੋ ਓਵਰਾਂ ਚ ਫੁੱਲ ਗੰਦ ਪਾਇਆ ਸਿਰਫ ਇੱਕ ਸ਼ਾਟ ਮਾਰਿਆ 16-12 ਬਾਲਾਂ ਚ ਇਹਨਾਂ ਨੂੰ ਬਾਲ ਨਹੀਂ ਲੱਭਦੀ ਯਾਰ ਫੋਨ ਫਾਨ ਪਾਓ ਜੇਬ ਚ ਉਹ ਪਈਆ ਬਾਲ ਨਹੀਂ ਲੱਭੀ ਇਹਨਾਂ ਨੂੰ ਚੱਲ ਹੁਣ ਦੇ ਦੇ ਕੀ ਗੰਦ ਪਾਊ ਇਹ ਪਹਿਲੀ ਬਾਲ ਤਾਂ ਖਰਾਬ ਕਰਤੀ ਇਹਨੇ ਪੂਰੀ ਸਿਰੇ ਦੀ ਆਏ ਹਾਏ ਰੋਕ ਲਓ ਯਾਰ ਉਹ ਟਰੈਕਟਰ ਦੇ ਨਾਲ ਗਈ ਟਰੈਕਟਰ ਦੇ ਨਾਲ ਗਈ ਬਾਲ ਕੀ ਕਰ ਲੱਗਿਆ ਹਨੇਰਾ ਸਾਡਾ ਸਾਡਾ ਹਨੇਰਾ ਹਨੇਰਾ ਮਤਲਬ ਕੀ ਹੋਇਆ ਕਰਕੇ ਮੋੜੂਗਾ ਮੋੜੂ ਮੋੜਦਾ ਮੈਂ ਹੁਣ ਮੁੜਿਆ ਤਾਂ ਹੋਈ ਆ ਥੱਲੇ ਤੱਕ ਕਿਵੇਂ ਲੈ ਕੇ ਆਏਗਾ ਮਤਲਬ ਮੁੱਠਾ ਇੰਨਾ ਮੁੱਠਾ ਹੀ ਹੁੰਦਾ ਬੈਟ ਦਾ ਖਰਾਬ ਕਰਦੇ ਸਾਰੇ ਗੰਡ ਕਰੀ ਜਾ ਲੈ ਕਰੀ 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 ਲੈ ੜੀ ਗੰਦ ਜਦੋਂ ਵੀ ਕਹਿੰਦੇ ਵਿਕਟ ਕੱਢੋ ਮੈਨੂੰ ਬਲੈਕ ਐਂਡ ਦੱਸਿਆ ਵੀ ਆਏ ਨਾ ਕੱਢੋ ਇਹਨੂੰ ਆਏ ਕੱਢੋ ਹਾਂ ਉਹ ਫਿਰ ਬੈਟ ਟੁੱਟ ਜਾਂਦਾ ਹੈ ਇੰਨੀਆਂ ਵਿਕਟਾਂ ਵਿਕਟ ਹੀ ਹੋਰ ਤਰ੍ਹਾਂ ਨੇ ਪੁੱਤਰਾ ਬਲੌਗ ਬੰਦ ਕਰਾਉਂਦਾ ਓਏ ਆਏ ਹਾਏ ਭੱਜੂ ਕੌਣ ਘਟੀਆ ਸ਼ਾਟ
ਤੇ ਹੁਣ ਹੋ ਗਿਆ ਨੇਰਾ ਤੇ ਅੱਜ ਦਾ ਅਸੀਂ ਬੋਲਟ ਤਾਂ ਕੁਛ ਨਹੀਂ ਕਰਾਇਆ ਕੱਲੂ ਦੇਖਦੇ ਹਾਂ ਜੇਕਰ ਆਵਾਂਗੇ ਉਹਦਾ ਉਹ ਲੈਟ ਉਹੀ ਕਰਾਂਗੇ ਲੈਟ ਵਾਲਾ ਆਪਾਂ ਕੰਮ ਕਰਾਂਗੇ ਤੇ ਫਿਰ ਅੱਜ ਦਾ ਵਲੋਗ ਪੂਰੀ ਐਂਡ ਕਰਦੇ ਹਾਂ ਜੇ ਵਲੋਗ ਦਿਲ ਕਰਦਾ ਲਾਈਕ ਸ਼ੇਅਰ ਸਬਸਕ੍ਰਾਈਬ ਕਮੈਂਟ ਕਰ ਦਿਓ ਮਿਲਦਾ ਤੁਹਾਨੂੰ ਪੰਨਵੇਂ ਵਲੋਗ 'ਚ ਤੇ ਬਸ।